ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪਣਾ ਸਾਰਾ ਪਰਿਵਾਰ, ਵੱਡੀ ਪਰਿਵਾਰ ਠੀਕ ਠਾਕ ਹੋਊਗਾ। ਵਾਹਿਗੁਰੂ ਚੰਦ ਤੰਦਰੁਸਤੀਆਂ, ਚੜ੍ਹਦੀ ਸਬਰ, ਸੰਤੋਖ ਦੀਆਂ ਦਾਤਾਂ ਬਖਸ਼ੇ। ਅਤੇ ਅੱਜ ਆਪਾਂ ਮੈਚ ਖੇਡਣ ਆਏ ਹਾਂ ਜੀਵ ਵਾਲਾ ਗੁਰਦੁਆਰਾ ਦਰਾ ਅਗਾੜਾ ਪਛਾੜਾ ਸਾਹਿਬ, ਦਰਸ਼ਨ ਗੁਰ ਭਲਵਾਨਾਂ ਦੇ ਦਰਸ਼ਨ ਕਰੋ। ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਬਹਿ ਕੇ ਤਰਨ ਤਰਨ ਵਾਲੇ ਦਰਬਾਰ ਸਾਹਿਬ ਦੀ ਜ਼ਮੀਨ ਦੀ ਗੱਲ ਹੋਈ। ਇੱਥੇ ਬਣ ਲੱਗਿਆ ਦਰਬਾਰ, ਇੱਥੇ ਬਹਿ ਕੇ ਸੁਣਦਾ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੁੱਕੇ ਹਰੇ ਹੋਣਗੇ ਜਿਹੜੇ ਆਉਣਗੇ। ਅਤੇ ਮਾਝੀ ਦੀ ਐਕਸਪ੍ਰੈਸ ਮੱਖਣ ਭਲਵਾਨ ਮੱਖੀ ਕਲਾਂ ਬਹੁਤ ਬਹੁਤ ਮੁਬਾਰਕਾਂ ਗੁਜਾਰੀ ਭਵਾਨ। ਕਾਲੀ ਨਾਲ ਕੀ ਹੋਇਆ ਗੁਬੇ ਮੈਚ ਆ ਗਿਆ ਨਵੇਂ ਪਲੇਅਰਾਂ ਨੂੰ ਭਰਾਵਾ ਇਹੀ ਆ, ਮਹਾਰਾਜ ਦੀ ਕਿਰਪਾ ਨਾਲ ਮਿਹਨਤ ਕਰੋ ਰੱਜ ਕੇ। ਮਿਹਨਤ ਜਿਹੜਾ ਬੰਦਾ ਮਿਹਨਤ ਕਰਦਾ ਨਾ, ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਹੀ ਰਹਿੰਦਾ ਆ। ਸਾਰਿਆਂ ਨੂੰ ਪਤਾ ਆ, ਜਿੰਨੇ ਵੀ ਆ ਪਲੇਅਰ ਖੇਡਦੇ ਆ ਭਲਵਾਨ ਨਾਲ, ਸਾਰੇ ਸੀਨੀਅਰ ਹੀ ਆ, ਕਿ ਮਿਹਨਤ ਦਾ ਕੋਈ ਸ਼ੋਰਟਕੱਟ ਨਹੀਂ। ਮਿਹਨਤ ਕਰਨੀ ਪੈਣੀ ਆ। ਜੇ ਕੋਈ ਕਹਿੰਦਾ ਵੀ ਪ੍ਰੋਟੀਨ ਖਾ ਕੇ ਤਗੜੇ ਹੋ ਜਾਏ, ਕਈ ਸਾਡੇ ਕੋਲ ਆਉਂਦੇ ਆ ਭਲਵਾਨ ਜੀ ਪ੍ਰੋਟੀਨ ਦੱਸੋ ਕੋਈ ਜਿਹਦੇ ਨਾਲ ਨਾ ਮੁੰਡਾ ਕਾਇਮ ਹੋ ਜਾਏ। ਮੈਂ ਕੋਈ ਚੰਗੀ ਮਿਲਦੀ ਹੋਵੇ ਨਾ, ਮੈਂ ਕੋਈ ਚੰਗੀ ਮਿਲਦੀ ਹੋਵੇ ਕੋਈ ਭਲਵਾਨ ਦਾ, ਮੈਂ ਦਿਮਾਗ ਖਰਾਬ ਹੈ ਵੀ 4-5 ਵਜੇ ਉੱਠ ਕੇ ਗਰਾਉਂਡ ਚਾਹੀਦਾ। ਅਸੀਂ 2 ਲੱਖ ਆਪ ਦੇ ਲਗਾਉਣ ਲਾ ਲਈਏ। ਦਿਮਾਗ ਖਰਾਬ ਤੜਕੇ ਉੱਠ ਕੇ ਜਾਈਦਾ, ਸਰੀਰ ਭੰਨੀ ਦਾ, ਫਿਰ ਕਦੀ ਕਦੀ ਰਗੜਾ ਲਾ ਲਾ, ਕਦੀ ਆਹ ਚੀਜ਼ ਬਣਾ ਲਾ ਖਾਣ ਨੂੰ। ਮੁੰਡੇ ਘਰੋਂ ਨਿੱਕੇ ਜਵਾਨ ਦੂਜਿਆਂ ਨੂੰ ਫੋਨ ਕਰਨਾ ਪੈਂਦਾ ਵੀ ਜਵਾਨੋ ਆ ਜਾਓ, ਚਾਬੀ ਲੈ ਗਿਆ। 10-11 ਮਹੀਨੇ ਪੂਰੀ ਮਿਹਨਤ ਲਾਈ ਹੈ। ਵਧੀਆ ਤਿਆਰੀ ਕਰਕੇ ਆਇਆ ਤੇ ਗੁਰੂ ਮਹਾਰਾਜ ਕਿਰਪਾ ਤੇ ਖਲੋਤਾ ਲਿਆ। ਜਿਹੜੇ ਕੱਚੇ ਬੰਦੇ ਆ ਜਾਂਦੇ ਨੇ ਕੱਚੇ, ਆਪਣਾ ਕੱਚੀ ਮਿਹਨਤ ਨਹੀਂ, ਮਤਲਬ ਆ ਜਾਂਦੇ ਕੱਚੇ ਸਰੀਰ ਨਾਲ ਵੀ ਸੱਟ ਲੱਗੀ ਆ, ਮੁੜ ਕੇ 10-10 ਦਿਨ ਮਾੜੀ ਮੁੜ। ਇੱਕ ਹੋਰ ਹੁਣ ਨਵੇਂ ਪਲੇਅਰਾਂ ਦਾ ਹੋਰ ਇੱਕ ਸਿਸਟਮ ਵੇਖੀ ਪਲਾਨ, ਉਹ ਗਰਾਊਂਡ ਜਾ ਕੇ ਨਾ ਰਨਿੰਗ ਕਰਨ ਨੂੰ 10-15 ਮਿੰਟ ਰਨਿੰਗ ਕਰ ਲਈ ਤੇ 100 ਡੰਡ ਮਾਰ ਲਿਆ, ਉਹ ਇੰਨੀ ਚੀਜ਼ ਨੂੰ ਮਿਹਨਤ ਗਿਣੀ ਜਾਂਦੇ ਆ ਵੀ ਬਹੁਤ ਜ਼ਿਆਦਾ ਕਰ ਲਈ ਆ 100 ਡੰਡ, ਬਹੁਤ ਜ਼ਿਆਦਾ ਮਿਹਨਤ ਮੰਨਦੇ ਸੀ। ਤੇ ਭਲਵਾਨਾ ਅਸੀਂ ਮੇਰੇ ਨਾਲ ਗੋਪੀ ਕਹਿ ਰਹਾ ਹੂੰ, ਅਸੀਂ ਭਲਵਾਨ ਦੇ ਖਾੜੇ ਜਾਂਦੇ ਹਾਂ ਜੱਸੇ ਦੀ ਚੱਕਰ ਤਾਰਨ ਹੈ ਉੱਥੇ ਭਰਾਵਾ ਗੋਪੀ ਪੁੱਛ ਬੈਠਾ ਕਿ ਭਲਵਾਨ ਸੀ, ਉਹ ਵੀ ਜੂੜੇ ਵਾਲਾ ਸੀ, ਬੜਾ ਵਧੀਆ ਸਰੀਰ ਉਹਦਾ। ਤੇ ਜਦੋਂ ਅਸੀਂ ਜਾ ਕੇ ਜਿੱਦਾਂ ਅਸੀਂ ਗਏ ਹਾਂ ਭਲਵਾਨ ਮਿਹਨਤ ਕਰਨ ਡਿਆ, ਤੇ ਚਲੋ ਲੱਗਾ ਹੈ ਨਾ, ਜਦੋਂ ਅਸੀਂ ਗਏ ਹਾਂ ਜਾ ਕੇ ਵਾਰਮ ਅਪ ਹੋਏ ਹਾਂ, ਤੇ ਅਸੀਂ ਤਾਂ ਹਲੇ ਚੱਲ ਕਬੱਡੀ ਵਾਲੇ ਕਰਕੇ ਚੱਲ ਆਪਣਾ ਤੈਨੂੰ ਪਤਾ ਉਹਨਾਂ ਦੇ ਮੁਕਾਬਲੇ ਸਟੈਮਿਨਾ ਘੱਟ ਜਾਂਦਾ, ਸਾਰੇ ਕਹਿੰਦੇ ਕਬੱਡੀ ਵਾਲਿਆਂ ਦਾ ਹੁੰਦਾ ਹੋਏਗਾ। ਅਸੀਂ ਜਾ ਕੇ ਲੱਗੇ, ਮਿਹਨਤ ਕੀਤੀ ਉਹਨਾਂ ਨੇ, ਚਲੋ ਸਾਡਾ ਜ਼ੋਰ ਜ਼ੋਰ ਅਸੀਂ ਕੀਤਾ, ਤੇ ਅਸੀਂ ਤਾਂ ਵਿਹਲੇ ਹੋ ਗਏ ਜ਼ੋਰ ਕਰਕੇ, ਉਹ ਭਲਵਾਨ ਅਜੇ ਵੀ ਡੰਡ ਡੁੰਡ ਮਾਰਨ ਡਿਆ। ਤੇ ਭਲਵਾਨ ਗੋਪੀ ਉਹਨੂੰ ਕਹਿੰਦਾ ਜਿਹਦਾ ਭਲਵਾਨਾ
ਕਿੰਨੀ ਕੁ ਬੈਠਕ ਲਾਉਣੀ ਚਾਹੀਦੀ ਆ ਵਾਰਮ ਅਪ ਹੋਣ ਲਈ। ਉਹ ਕਹਿੰਦਾ ਡੰਡ ਮਾਰਦਾ ਸੀ ਤੇਜ਼ੀ ਤੇਜ਼ੀ ਜਿਹਨੇ ਸਾਹ ਜੇ ਚੜ੍ਹਦੇ ਜੇ ਕਹਿੰਦਾ ਕਹਿੰਦਾ ਭਲਵਾਨ ਜੀ 500 ਕਹਿੰਦਾ ਭਲਵਾਨ ਜੀ। ਫਿਰ ਗੋਪੀ ਨੂੰ ਪਤਾ ਲੱਗ ਗੋਪੀ ਨੂੰ ਸੁਣ ਤਾਂ ਗਿਆ ਪਰ ਗੋਪੀ ਨੂੰ ਸਮਝਿਆ ਵੀ ਉਹਨੇ ਕਿਤੇ ਕਹਿੰਦਾ ਨਹੀਂ ਭਲਵਾਨ ਜੀ ਤਾਂ ਵਾਰਮ ਅਪ ਹੋਣ ਲਈ ਕਹਿੰਦਾ ਉਹ ਭਲਵਾਨ ਜੀ ਵਾਰਮ ਅਪ ਹੋਣ ਲਈ 500 ਡੰਡ 500 ਬੈਠਕ 600 ਮਾਰਨੀ ਚਾਹੀਦੀ ਹੈ। ਗੋਪੀ ਦਾ ਅੱਛਾ ਭਲਵਾਨ ਜੀ ਕਹਿੰਦਾ ਉਹ ਭਲਵਾਨ ਜੀ ਮੈਂ ਕਹਿੰਦਾ ਮੈਂ ਦੇਖਾਂ ਕਿਤੇ ਮਿਹਨਤ ਲਈ ਦੱਸੀ ਇਹਨਾਂ ਨੇ ਮਿਹਨਤ ਲਈ ਤਾਂ ਭਲਵਾਨ ਜੀ 5000 ਰਨ ਚਾਹੀਦੀ ਆ ਅਤੇ ਗੋਪੀ ਉਹਦੇ ਮੂੰਹ ਵੱਲ ਵੇਖੇ ਮਗਰੋਂ ਗੋਪੀ ਉਹਨੂੰ ਕਹਿੰਦਾ ਭਲਵਾਨ ਜੀ ਕਹਿੰਦਾ ਆਪਣਾ ਵਾਹਵਾ ਚਿਰ ਦੇ ਲੱਗੇ ਜੇ ਕਿੰਨੇ ਕੁ ਡੰਡ ਹੋ ਗਏ ਆ ਅਤੇ ਉਹ ਕਹਿੰਦਾ ਭਲਵਾਨ ਕਹਿੰਦਾ ਮੇਰੇ ਖਿਆਲ ਨਾਲ 1250 ਤੋਂ ਤਾਂ ਉਹਨੇ ਆਖਿਆ ਇੱਦਾਂ ਅਤੇ ਭਲਵਾਨ ਜੀ 1200 ਤੋਂ ਤਾਂ ਹੋ ਗਿਆ ਡੰਡ ਇਕੱਲੇ ਭਵਾਨੀ ਡੰਡ ਅਤੇ ਗੋਪੀ ਬਣਾਉਂਦਾ ਭਲਵਾਨ ਕਹਿੰਦਾ ਇਹਦੇ ਕੰਮ ਹੀ ਤਾਂ ਦਾ ਮੈਂ ਕਿਉਂ ਸਵਾਦ ਲੈਂਦਾ ਜਿੰਨੇ ਮਾਰਨੇ ਇਹਨੂੰ ਹੋ ਜਾ ਮਾਮਾ ਕਹਿੰਦਾ ਇਹਨੂੰ ਤਾਂ ਦਸ ਇੰਨੇ ਕਿਤੇ ਨਹੀਂ ਮਾਰਨਾ 1200 ਵੱਡੀ ਵਾਲਾ 1200 ਵੱਡੀ ਵਾਲਾ ਭਲਵਾਨ ਜੀ ਮਹੀਨੇ 'ਚ ਨਹੀਂ ਮਾਰਦਾ ਪਤਾ ਆਪਾਂ ਨੂੰ ਵੀ ਇੱਕ ਨਾ ਹੁਣ ਜਿਹੜਾ ਬੰਦਾ 1200-1300 ਡੰਡ ਮੰਨ ਲਾ ਮਾਰਦਾ ਹੁਣ ਲੱਭ ਜਾਣੇ ਚਲੋ ਆਪਾਂ ਤਾਂ ਉਹਨੂੰ ਉਸ ਦਿਨ ਵੇਖਿਆ ਵੀ ਵਿਚਾਰਾ ਕਹਿੰਦਾ ਰੋਜ਼ 1000 ਮਾਰਦਾ ਹੋਵੇ ਤਾਂ ਰੋਜ਼ ਤਾਂ ਜੇ 1000 ਵੀ ਗਿਣੀਏ ਤਾਂ ਭਲਵਾਨ ਜੀ ਕਿਹੜਾ ਬੰਦਾ ਉਹਨੂੰ ਮੋੜ ਉਹਦੀ ਬਾਂਹ ਕਿੰਨੇ ਭੰਨਣੀ ਹੈ ਅਤੇ ਉਹਦੀ ਬਾਂਹ ਕਿੱਦਾਂ ਤੋੜਨੀ ਹੈ ਉਹਦੀ ਬਾਂਹ ਹੀ ਨਹੀਂ ਲੈਣੀ ਕਿਸੇ ਤੋਂ ਹਾਂ ਹੁਣ ਭਲਵਾਨ ਮੈਂ 50 ਸਾਲਾਂ ਦਾ ਹੋਇਆ 50 ਸਾਲ ਦੇ ਵੀਡੀਓ ਵੇਖਣਾ ਭਲਵਾਨ ਜੀ ਦੀ ਉਮਰ ਜਿਹੜੀ ਉਹ 50 ਸਾਲ ਹੋ ਗਈ ਆ ਅਤੇ ਉਹ ਕਹਿੰਦੇ ਭਲਵਾਨ ਕਹਿੰਦਾ ਵੀ ਜਿੰਨੇ ਚਿਰ ਮੈਂ ਚਾਜਣਾ ਮਿਹਨਤ ਨਹੀਂ ਕਰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਚੱਜਣ ਦੱਸਣ ਡਿਆ ਸੀ ਕਹਿੰਦਾ ਭਲਵਾਨ ਕਹਿੰਦਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਜੇ ਮੈਂ ਮਿਹਨਤ ਨਾ ਕਰਾਂ ਉਹ ਰੂਹ ਦੀ ਜਿੰਨਾ ਕਹਿੰਦਾ ਖੁਰਾਕ ਜਿਹੜੇ ਬੰਦੇ ਗੁਰਬਾਣੀ ਪੜ੍ਹਦੇ ਆ ਮਹਾਰਾਜ ਸਾਹਿਬ ਦੇ ਜਾਂਦੇ ਮੰਨ ਲਓ ਗੁਰਦੁਆਰੇ ਜਾਣਾ ਜਾਂਦੇ ਉਹ ਜਿੰਨੇ ਚਿਰ ਜਾਂਦੇ ਨਹੀਂ ਉਨੇ ਚਿਰ ਉਹਨਾਂ ਦਾ ਸਕੂਨ ਨਹੀਂ ਆਉਂਦਾ ਅੰਦਰ ਨੂੰ ਨਹੀਂ ਆਉਂਦਾ ਅੰਦਰ ਨੂੰ ਚੁੱਪ ਕਰਕੇ ਨਾ ਹਿਸਾਬ ਹਿਸਾਬ ਚ ਰਹੋ ਮਾਸੀ ਦੇ ਮੁੰਡੇ ਦਾ ਗਵਾਹ ਮੇਰੇ ਨਿੱਕੇ ਭਰਾ ਦੇ ਉਹ ਸੌਖਾ ਟੁੱਟ ਜਾਂਦਾ ਲੋਕ ਸਾਲੇ ਦਾ ਥੱਲੇ ਜਿਹੜਾ ਲੋਕ ਨਹੀਂ ਲੱਗਦਾ ਉਹ ਵੀ ਤੋੜ ਤੇ ਲੱਤ ਲਾ ਗਏ ਆਹਾਂ ਵੀ ਫਿਰ ਗੱਲ ਮਾੜੀ ਆ ਹਾਂ ਉਹਨਾਂ ਕਟਰ ਚੰਗੇ ਰੱਖ ਲਏ ਆ ਸਟੀਲ ਵਾਲੇ ਮੈਂ ਆਪੇ ਟਿਕਟ ਕਰਾ ਕੇ ਲਾ ਦੇਣਗੇ ਜਦੋਂ ਸੋਮਵਾਰ ਪਿੰਡ ਪਹੁੰਚੀਦਾ ਸੋਮਵਾਰ ਅਜੇ ਪਿੰਡ ਪਹੁੰਚੀਦਾ ਮੰਗਲਵਾਰ ਸਵੇਰੇ ਫੋਨ ਆ ਜਾਂਦਾ ਭਲਵਾਨ ਜੀ ਮੇਲਾ ਜਿਹਾ ਰੱਖ ਬਿਠਾਉਣਾ ਪੈਣਾ ਇੱਜ਼ਤ ਰੱਖੋ ਚਲੋ ਚੱਲੀਏ ਅਤੇ ਮੈਂ ਚੱਲ ਮੈਚ ਹੀ ਖੇਡਣਾ ਚੱਲ ਚੱਲੀਏ ਜਾ ਕੇ ਉੱਥੇ ਪੰਗਾ ਪਵੇ ਵੀ ਛੇਰਾ ਕੇ ਸੜਨਾ ਖੇਡਣਾ ਹੈ ਮੈਂ ਕਿਹਾ ਵੇ ਛੇਰਿਆ ਸੱਜਣ ਨੂੰ ਮੈਂ ਪੁੱਛ ਲਾ ਬੇਸ਼ੱਕ ਵੀ ਮੇਰੀ ਮੇਲੇ 'ਤੇ ਖੇਡਣ ਦੀ ਗੱਲ ਹੋਈ ਆ ਵੀ ਮੇਰੀ ਜੇ ਇਹ ਨਹੀਂ ਗੱਲ ਹੋਈ ਵੀ ਮੈਂ ਜਦੋਂ ਛੇਰੇ ਨਾਲ ਹੀ ਖੇਡਣਾ ਇਹ ਨਹੀਂ
ਓ ਮੇਰੀ ਕੋਚ ਫਿੱਟ ਤੁਹਾਡੇ ਗਲਜਾਰੀ ਓ ਭਰਾਵਾ ਮੈਂ ਕਬੱਡੀ ਖੇਡੀ ਜਾਂ ਮੈਨੂੰ ਸਾਰੇ ਕੋਚ ਹੀ ਜਾਂਦੇ ਕਾਕੀ 2000 ਦਿਨਾਂ ਸੌਖਾਨ ਵਾਲੇ ਐਕਸ ਜਾਂ ਤਾਂ ਮਨੂੰ ਦੌੜਨ ਵਾਲੀ ਕੋਟੇ ਸਹੀ ਹੁੰਦੇ ਉਹਨੇ ਐਰੋ ਖਿਲਾ ਰਿਆ ਇਧਰ ਭੰਨਾ ਇਹਨੂੰ ਤਾਂ ਕੋਲੋਂ ਪਾ ਕਰ ਤਾਂ ਮਨੂੰ ਕੰਬੀ ਆ ਦਾ ਕਿਹੜੀ ਚ ਆਂਦਾ ਪਹਿਲਾਂ ਪਾਵਰ ਪਾ ਬਿਲਕੁਲ ਹੀ ਖਾ ਕੰਮ ਕਰਨਾ ਲੈ ਆਪ ਦੀ ਟੀਮ ਵਿੱਚ ਪਾਵਰ ਨਹੀਂ ਪਾਈ ਉਹਨੇ ਭਾਣ ਨਿਕਲ 5-6 ਏਜੰਸੀਆਂ ਨੂੰ ਹੁਣ ਕੱਲ ਦਾ ਰਾਤ ਦਾ ਫੇਰ ਆਇਆ ਫੇਰ ਅੱਜ ਐਮਆਰਆਈ ਕਰਾਈ ਆ ਭੈਣ ਚੋ ਇੱਕ ਕੈਨੇਡਾ ਦੇ ਵਿੱਚ ਡੰਡ ਲਈ ਸਾਡੇ ਬੰਦਿਆਂ ਦੇ ਮਗਰ ਨਾ ਲੱਗਿਆ ਕਰੋ ਬੰਦਿਆਂ ਦੇ ਤੁਸੀਂ ਬੰਦਿਆਂ ਦਾ ਇਹ ਮਾਮਾ ਕਈਆਂ ਦੀ ਰੋਟੀ ਆ ਜਿਨ੍ਹਾਂ ਨੇ ਤਿਰਨਾ ਰਹਿਣਾ ਹੈ ਜੇ ਤੁਸੀਂ ਇੱਕੇ ਥਾਂ 3 ਹੋ ਗਏ 2 ਤਿਰਨਾ ਹੋਣੇ ਆ 2 ਮਨਜੀਤ ਨਾ ਹੋਣੇ ਆ 2 ਮੰਨੇ ਨਾ ਹੋਣੇ ਆ 6-7 ਜਣੇ ਹੋਣੇ ਆ ਜੇ ਤੁਸੀਂ ਇੱਕੇ ਥਾਂ ਹੋਣਗੇ ਤਾਂ ਟੋਟਲ 2 ਹੋ ਜਾਣੇ ਤੇ ਜਿਹੜੇ ਮਗਰ 6 ਹੋਏ ਉਹਨਾਂ ਨੇ ਫਿਰ ਲੜਾਉਣਾ ਹੀ ਆ ਹੁਣ ਜਿਨ੍ਹਾਂ ਚਲੇ ਫੜਦੇ ਮੇਲੇ 'ਚੋਂ ਇਹਦੇ ਨਾਲ ਆ ਗਏ ਉਹਨਾਂ ਨੇ ਕਿੱਥੋਂ ਆਖਣਾ ਵੀ ਇਹਦਾਂ ਨਾ ਜਾਵੇ ਸਹੀ ਇੱਕ ਗੱਡੀ ਆ 3 ਤਾਂ ਕਲੀਅਰ ਹੋ ਗਏ ਵੱਧ ਤੋਂ ਵੱਧ ਤੁਸੀਂ 2 ਜਣੇ ਬਾੜੋਗੇ ਵਿੱਚ ਜਿਹੜੇ ਬਾਹਰ ਨੇ 5-7 ਗੱਡੀ ਤੋਂ ਉਹਨਾਂ ਨੇ ਮੁੜ ਕੇ ਇਹੋ ਸੋਚਣਾ ਵੀ ਸਾਰਾ ਪਿੰਡਾਂ ਨੂੰ ਲੜਾਈਏ ਗੱਡੀਆਂ ਦੇ ਇਕੱਠੇ ਜਾਇਆ ਕਰਨਾ ਪਚਾਨਵੇਂ ਬੰਦੇ ਤੁਹਾਡੇ ਨਾਲ ਹੀ ਹੋਣੇ ਆ 5 ਬੰਦੇ ਜਿਹੜੇ ਉਹਨਾਂ ਨੇ ਤੁਹਾਨੂੰ ਉਂਗਲ ਦੇਣੀ ਦੇਣੀ ਤੇ ਉਹਨਾਂ ਨੇ ਇਹੋ ਜਿਹੀ ਉਂਗਲ ਲਾਉਣੀ ਤੁਸੀਂ ਦੂਜਿਆਂ ਪਚਾਨਿਆਂ ਦੀ ਵੀ ਨਹੀਂ ਸੁਣਨੀ ਤਾਂ ਕਰਕੇ ਨਾ ਜਿੰਨਾ ਮਹਾਂਪੁਰਸ਼ਾਂ ਦਾ ਹੈ ਖੁਦ ਰਾਜੂ ਕਲੈਕਸ਼ਨ ਸਾਧੂਆ ਖਾਲਾ ਸਾਡਾ ਵੀਰ ਜਿਹਨੇ ਗੁਲਜ਼ਾਰੀ ਜਲਾਲਾਬਾਦ ਪਿੰਡ ਆ ਤੇ ਗੱਲਾਂ ਕਹਿੰਦੇ ਬੱਸਾਂ ਬਰਦਰ ਦੀਆਂ ਨੇ ਆਹ ਮੱਖਣ ਮੱਖੀ ਦੀ ਉਂਗਲ ਖੜੀ ਆ ਕਿ ਜੋਰ ਬਿਨਾ ਪੱਤਾ ਨੇ ਥਾਪੀ ਵੱਜਦੀ ਹੋਲੀ ਮਿੱਤਰ ਮੱਖਣ ਮੱਖੀ ਉਹ ਮੱਖਣ ਮੱਖੀ ਉਧਰ ਸੁੱਖ ਭਗਾਰੇ ਵਾਲਾ ਖੇਡੂ ਯੂਰਫ ਫਰਨਦੀਪ ਵਰਗੇ ਗੋਪੀ ਨੇ ਮੱਟਕਾ ਵਾਲਾ ਉਧਰ ਸਾਡੇ ਜਿਗਰੀ ਯਾਰ ਨੇ ਗੱਗੂ ਬੂਏ ਬਾਰੇ ਕਾਕਾ ਗੱਗੂ ਬੂਆ ਤੇ ਨਾਲ ਨਿੰਮਾ ਗੱਗੂ ਮੇਰਾ ਭਰਾ ਵੱਡੇ ਸਲੂਟ ਕਹਿੰਦੇ ਵੀਰਾਂ ਦੇ ਵੀ ਆਨੰਦ ਮਾਣ ਰਹੇ ਆ ਮੱਖਣ ਮੱਖੀ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕਿ ਬਾਬਾ ਸ਼ੇਰਾ ਬਾਬਾ ਜੋਤਾ ਜੀ ਦਾ ਧਰਮ ਮਾਰਦੇ ਆ ਬਾਬਾ ਕਰਵਿੰਦਰ ਸਿੰਘ ਜੀ ਗੋਰਾ ਪੁੱਤਰ ਕੰਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਮਾਂ ਤੋਂ ਸਪੰਜ ਕੇ ਧਰਮ ਆਵ ਹੈ ਇਹ ਮੱਖੀ ਅੱਤੀ ਉੱਪਰਾਂ ਵਾਲਾ ਮਾਝਾ ਐਕਸਪ੍ਰੈਸ ਮੱਖਣ ਮੱਖਣ ਉਹ ਮੱਖਣ ਆਹ ਮੱਖਣ ਆਸਟ੍ਰੇਲੀਆ ਵਿੱਚ ਚੜਦਾ ਅਮਰੀਕਾ ਖੇਡਦਾ ਤੇ ਅਮਰੀਕਾ ਤੋਂ ਫਿਰ ਆਸਟ੍ਰੇਲੀਆ ਆ ਜਾਂਦਾ ਲੈ ਵੀ ਦੁਲਿਆ ਤੇਰੇ 3 ਜੱਪੇ
ਸਾਹਮਣੇ ਕਹਿੰਦੇ ਤੇਜਵੀਰ ਧੁੰਨ ਪਿੰਡ ਵਾਲਾ ਕਬੱਡੀ ਪਾ ਰਿਹਾ ਉਧਰ ਵੀ ਲੱਗਿਆ ਸੰਧੂ ਹੋਰਾਂ ਦੀ ਫੇਰ ਕੰਮ ਅਰੇ ਇਧਰ ਪਾਈ ਕਬੱਡੀ ਪਾਉਦੀ ਉਧਰ ਚਾਰ ਚਾਰ ਜਸਵੀਰ ਸਿੰਘ ਜੀ ਆਪ ਪੰਜ ਹਜ਼ਾਰ ਦਿੱਤਾ ਜਾਣ ਲੱਗਿਆ ਹੈ ਬੈਸਟ ਪੇਂਟਰ ਗਲਜਾਰੀ ਚੱਕ ਸਿਕੰਦਰ ਤੇ ਬੈਸਟ ਪੰਜਾਬੀ ਹੈਪੀ ਸਿੱਧਣ ਗੋਪੀ ਤੇਜਾ ਸਿੱਧੇ ਮੇਲੇ ਦਾ ਬੈਸਟ ਪੇਂਟਰ ਚੱਕਾਰੀ ਗਲਜਾਰੀ ਦਾ ਪਰਿਵਾਰ ਹਾਈਜੈਕ ਖੇਡ ਮੇਲੇ ਦੇ ਆਪਦੇ 5100 ਰੁਪਈਆ ਦਿੱਤਾ ਜਾ ਰਿਹਾ ਦਾ ਜਸਵੀਰ ਸਿੰਘ ਜੀ ਉਹਨਾਂ ਦੇ ਵੱਲੋਂ ਵੱਡੇ ਪਿਆਰ ਸਤਿਕਾਰ ਇਹਨਾਂ ਖਿਡਾਰੀਆਂ ਨੂੰ ਦੇਈਏ ਮਾਇਆ ਨਾਮ ਜੀ ਨਾਲ ਟੁੱਟੀ ਸੱਦੇ ਨਾਰੇ ਉੱਥੇ ਵੀ ਵੱਡਾ ਮੇਜੂ ਧਰਤਰ ਬਾਬਾ ਸਰਜਨ ਸਾਹਿਬ ਜੀ ਦਾ ਮੇਲਾ ਹੋਊਗਾ ਵੀਰ ਬਿਕਰ ਹੋਣੀ ਸੰਦੇ ਲਾਣੀ ਵੱਡਾ ਮੈਚ ਤੇ 30 ਜੂਨ ਦਾ ਸੰਦ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਗੁਰੂ ਜੀ ਕੀ ਫਤਿਹ ਤੇ ਇੱਕ ਵਿੱਚ ਵੀ ਪੱਟੀਆਂ ਰੌਣਕਾਂ ਲੱਗਣ ਗਿਆ ਉਧਰ ਸਤਿਕਾਰ ਖਿਲਾਫ ਕੋਈ ਲਫਾਜ ਬੋਲੇਗਾ ਤੇ ਮੰਦੀਪ ਮਾਫੀ ਚਾਹੁੰਦਾ ਤੁਸੀਂ ਵਹਿੰਦੇ ਨੀ ਕਬੱਡੀ ਨਾ ਕਬੱਡੀ ਪੜ੍ਹਨੀ ਪੈਣੀ ਆ ਹੁਣ ਤੇਰੇ ਗੁਰੂ ਮਹਾਰਾਜ ਦੀ ਕਿਰਪਾ ਤੇਰੇ ਕਬੱਡੀ ਜੁੱਸੇ ਚ ਜਿੱਦਾਂ ਤੇਰਾ ਬਾਡੀ ਆ ਸਾਰਾ ਕੁਛ ਆ ਤੂੰ ਢਿੱਲਾ ਆ ਤੇਰੀ ਹੁਣ ਇਸ ਸੀਜ਼ਨ ਆਹ ਸੀਜ਼ਨ ਤੇਰੀ ਅੱਜ ਤੋਂ ਪਿਛਲੀਆਂ ਗਰਮੀਆਂ ਦਾ ਸੀਜ਼ਨ ਤੈਨੂੰ ਕੋਡੀ ਚਾਹੀਦੀ ਪੂਰੀ ਟੌਪ ਕਲਾਸ ਬਣ ਗਈ ਪਰ ਹੱਲੇ ਵੀ ਚਲੋ ਦੇਰ ਆਏ ਦਰੁਸਤ ਆਏ ਹੁਣ ਵੀ ਜਾਪ ਲੈਣ ਵੇਖ ਜੇ ਤੂੰ ਸਾਰਿਆਂ ਜਾਪੀਆਂ ਤਾਂ ਹੁਣ ਮੈਂ ਲਾ ਲਾ ਆਹ ਭਲਵਾਨ ਜਾਫੀ ਲੱਗਾ ਇਹ ਮੰਨ ਲਾ ਲੱਤਾਂ ਫੜਦਾ ਅਤੇ ਮੈਂ ਜੇ ਮੰਨ ਲਾ ਕੋਈ ਜਾਫੀ ਮੇਰੇ ਉੱਤੇ ਲੱਗਦਾ ਹੈ ਤਾਂ ਮੈਂ ਉਹਦੇ ਹਿਸਾਬ ਨਾਲ ਜਾ ਕੇ ਦੇ ਮੋਢੇ 'ਤੇ ਟੱਚ ਮਾਰੂੰ ਇਹਨੇ ਤਾਂ ਭੈਣ ਚੁੱਕਿਆ ਉਹ ਤਾਂ ਸੁੱਟ ਦੇਣਾ ਮੈਨੂੰ ਇਹਨੇ ਤਾਂ ਫੜਨਾ ਹੀ ਫੜਨਾ ਇਹਦਾ ਥੋੜ੍ਹੀ ਕੋਈ ਕਸੂਰ ਹੈ ਇਹਨੇ ਤਾਂ ਜਫਾ ਪਾਉਣਾ ਹੀ ਪਾਉਣਾ ਜੇ ਮੈਂ ਹੁਣ ਇਹਦੇ ਹਿਸਾਬ ਨਾਲ ਪਾਊਂ ਤਾਂ ਇਹਨੇ ਕੁੱਚ ਫੜਨੀ ਗਿੱਟਾ ਫੜਨਾ ਜਾਂ ਕਿੱਥੇ ਆਉਣਾ ਜੇ ਮੈਂ ਇਹਦੇ ਹਿਸਾਬ ਨਾਲ ਪਾਊਂਗਾ ਫਿਰ ਮੈਂ ਇਹਦੇ ਹਿਸਾਬ ਨਾਲ ਬਚਾਅ ਕਰਨਾ ਆ ਹੈ ਨਾ ਕਬੱਡੀ ਹਮੇਸ਼ਾ ਚਾਹੇ ਜਿਹੜਾ ਜਾਫੀ ਭਲਵਾਨ ਲੰਮੀ ਕਬੱਡੀ ਕਿਉਂ ਖੇਡਣਾ ਭਲਵਾਨ ਖੇਡ ਲੈਂਦਾ ਰੇਡਰਾਂ ਦੇ ਹਿਸਾਬ ਨਾਲ ਵੀ ਰੇਡਰ ਵਹਿੰਦਾ ਰੇਡਰ ਕਿੱਦਾਂ ਦਾ ਹੈ ਹੁਣ ਜੇ ਰੇਡਰ ਹੋਊਗਾ ਮਤਲਬ ਸਲੋ ਅਤੇ ਭਲਵਾਨ ਉੱਥੋਂ ਪਹਿਲਾਂ ਮੋੜੇ ਮਾਰੀ ਜਾਊ ਤਾਂ ਭਲਵਾਨ ਕੀ ਕਰੋ ਭਲਵਾਨ ਤਾਂ ਡਿੱਗਣਾ ਡਿੱਗਣਾ ਜੇ ਰੇਡਰ ਉੱਚਾ ਦਾ ਤਾਂ ਭਲਵਾਨ ਮੋੜੇ ਮਾਰੀ ਸਲੋ ਤਾਂ ਕਿੱਦਾਂ ਨਾਲ ਲੜੂ ਵੀ ਉਹਨੂੰ ਹਰ ਇੱਕ ਜਾਫੀ ਨਾਲ ਤੁਹਾਨੂੰ ਇੱਕੋ ਜਿਹੀ ਨਹੀਂ ਖੱਡੀ ਜਾਣੀ ਹੁਣ ਕਈ ਜਾਫੀ ਇੱਦਾਂ ਦੇ ਆ ਜਿਹੜੇ ਖੱਬੇ ਹੱਥ ਟੱਚ ਜ਼ਿਆਦਾ ਆਪਣਾ ਰਸ਼ ਜ਼ਿਆਦਾ ਕਰਦੇ ਆ
ਤੇ ਜੇ ਤੂੰ ਉਹਨਾਂ ਦੇ ਖੱਬੇ ਆਏਗਾ ਉਹਨਾਂ ਦੇ ਲਿਟਣਾ ਹੀ ਲਿਟਣਾ, ਉਹਨਾਂ ਦੇ ਸੱਜੇ ਆ ਜਾ ਉਹ ਤੈਨੂੰ 10% ਗੱਲ ਕਰਦੇ ਆ। ਦੂਜੇ ਪਰਸੈਂਟ ਦੂਜੇ ਬਿਨਾਂ ਕਰਾਉਂਦਾ ਐਕਸਰਸਾਈਜ਼ ਕਰੀ ਆ ਗਿਆ ਕਰਾ ਕੇ ਆ ਕੇ ਮੈਂ ਹਾਂ ਜਾ ਤੂੰ ਫਿਰ